ਬਾਪੂ ਭਿੰਡਰ ਦੇ 20 ਟੱਚ 8 ਜੱਫੇ। ਰੁਕਿਓ, ਫਰਿਆਦ ਦੇ ਟੱਚ ਕਿੰਨੇ ਆ? 19 ਟੱਚ ਤੇ ਜੱਫੇ 1 2 3 4 5। ਬਾਪੂ ਭਿੰਡਰ ਹਰ ਜੱਫਾ 1000 ਦਾ।
ਲਾਨੀ ਆਪ ਕਹਿੰਦੇ ਤੁਸੀਂ ਆਪ ਇੰਨੀ ਬੇਨਤੀ ਤੁਸੀਂ ਕਰਨੀ ਹੈ ਵੀਰੇ ਪ੍ਰਬੰਧਕਾਂ ਨੂੰ ਬੇਨਤੀ ਹੈ ਯਾਨੀ ਖੇਲਾ ਵਾਲਾ ਇਕਬਾਲ ਸਿੰਘ ਕਬੱਡੀ ਕੌਮ ਦੇ ਲਈ ਮੈਦਾਨ ਦੇ ਵਿੱਚ ਬਣਿਆ ਹੋਇਆ ਹੈ ਅੱਜ ਚੋਟੀ ਚੋਟੀ ਦੇ ਜੱਫੇ ਲੱਗਣਗੇ ਚੋਟੀ ਚੋਟੀ ਦੀਆਂ ਰੇਡਾਂ ਪੈਣਗੀਆਂ ਮਹਿਮਦ ਵਾਲੀਆਂ ਲੰਬਣੀ ਆਹ ਫਰਿਆਦ ਸ਼ਕਰਪੁਰੀਆ ਪੰਜ ਪੁਆਇੰਟ ਜਿਹੜਾ ਧਾਵੀ ਨੂੰ ਟੱਚ ਕਰਕੇ ਅੰਕ ਆਪਣੀ ਟੀਮ ਦੇ ਖਾਤੇ ਇਹ ਖੇਲਾ ਵਾਲਾ ਇਕਬਾਲ ਜੋੜ ਗਿਆ ਅਗਲੀ ਕਬੱਡੀ ਦੇ ਗੋਲ ਰੁਪਿੰਦਰ ਨੇ ਲਓ ਸਾਹਮਣੇ ਇਸ ਵੇਲੇ ਮੇਰੇ ਵੀਰੋ ਮੰਦਾ ਇਹ ਬਾਹਲੀਆਂ ਵਾਲਾ ਮੰਦਾ ਇਸ ਵੇਲੇ ਖੇਲ ਮੈਦਾਨ ਵਿੱਚ ਕਬੱਡੀ ਭਾ ਰਿਹਾ ਹੈ ਬੱਬੂ ਭਿੰਡਰਾਂ ਵਾਲਾ ਤਿਆਰ ਹੈ ਪੰਜ ਅੱਖਰੇ ਲਾੜ ਕੇ ਲਓ ਇਸਦਾ ਸੋਨਾ ਮੰਦਰਾ ਵਾਲਾ ਤੇ ਗੁਰਵਿੰਦਰ ਘਾਗੇ ਵਾਲਾ ਦਾ ਕਬੱਡੀ ਦਾ ਨਾਟ ਗਿਆਰਾਂ ਹੀ ਆ ਮੇਰੇ ਪੰਜਾਬੀ ਜੀਓ ਨਾਟ ਗਿਆਰਾਂ ਕਹਿੰਦੇ ਕਬੱਡੀ ਦਾ ਗੁਰਵਿੰਦਰ ਘਾਗੇ ਵਾਲਾ ਪਰ ਦੂਜੇ ਪਾਸੇ ਰਾਜੂ ਖੋਸੇ ਵਾਲਾ ਕਰਦਾ ਕੋਸ਼ਿਸ਼ ਲੱਗੂ ਜੱਫਾ ਇੱਕ ਪਾਸੇ ਕਹਿੰਦੇ ਮੱਦਾ ਬੋੜੀਆਂ ਵਾਲਾ ਤੇ ਫਰਦਾ ਲੱਗ ਕਰ ਗਿਆ ਕਮਾਲ ਥੱਲੇ ਥੱਲੇ ਲੰਡੇ ਕੇ ਨੱਚ ਉੱਠਿਆ ਉਹ ਲੰਡੇ ਕੇ ਉਹ ਲੰਡੇ ਕੇ ਨੱਚ ਉੱਠਿਆ ਲੰਡੇ ਕੇ ਨੱਚ ਉੱਠਿਆ ਉਹ ਲੰਡੇ ਕੇ ਮੇਰੇ ਭਰਾ ਬਣ ਕੇ ਅਗਲੀ ਕਬੱਡੀ ਤੇ ਗੋਲ ਰੁਪਿੰਦਰ ਦੇ ਲਓ ਜੋਤਾ ਮਹਿਮਦ ਵਾਲੀਆਂ ਮੇਰੇ ਵੀਰੋ ਲੈਂਦੇ ਪੰਜਾਬ ਦੇ ਵਿੱਚ ਕਹਿੰਦੇ ਤਕੜੀਆਂ ਕਬੱਡੀਆਂ ਪਾ ਗਿਆ ਮੇਰੇ ਵੀਰੋ ਆਹ ਮਹਿਮਦ ਵਾਲੀਆਂ ਜੋਤਾ ਇਸ ਵੇਲੇ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਹੈ 2 ਲੱਖ ਤੇ 1.5 ਲੱਖ ਦੀ ਟੱਕਰ ਹੈ ਬੈਸਟਾਂ ਨੂੰ ਬੁਲਟ ਮੋਟਰਸਾਈਕਲ ਜਿਹੜੇ ਦਿੱਤੇ ਜਾਣਗੇ ਕਰਮਪਾਲ ਸਿੱਧੂ ਤੇ ਮੇਹਰ ਭੂਰ ਵੱਲੋਂ ਮੇਰੇ ਵੀਰੋ ਇਹ ਮਾਨ ਸਨਮਾਨ ਬਖਸ਼ੇ ਜਾਣਗੇ ਲਓ ਕਰਨ ਦਿਆਲ ਪ੍ਰੇਮ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਬਿੱਲਾ ਗਿੱਲ ਕਹਿੰਦਾ ਵੀ ਵੱਡਾ ਮਾਣ ਕਰਨਾ ਮੁੰਡੇ ਦਾ ਆਓ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ 4 ਜਾਫੀ ਨੇ ਲਵਲੀ ਦੇ ਫਰਿਆਦ ਕੰਨੀਆਂ ਤੇ ਹੈ ਚੀਤਾ ਤੇ ਸੱਤੂ ਵਿਚਕਾਰ ਨੇ ਹੁਣ 4 ਦੇ ਵਿੱਚੋਂ ਫਰਿਆਦ ਜਿਸਮਾਨੀ ਚੁੰਬਕ ਜਿਸਮਾਨੀ ਚੁੰਬਕ ਦੇ ਆਓ ਕਰਨ ਦਿਆਲ ਪ੍ਰੇਮ ਵਾਲਾ ਮੇਰੇ ਮਿੱਤਰੋ ਗੁਰਵਿੰਦਰ ਦਾ ਹਰ ਜੱਫਾ 2000 ਦਾ ਹੈ ਵੀ 2000 ਦਾ ਹੈ 1,40,000 ਕੈਸ਼ ਹੋ ਗਿਆ 60,000 ਰੁਪਇਆ ਗੁੱਗਲ ਪੇ ਆ ਗਿਆ 1,00,000 ਰੁਪਇਆ ਕਰਮਪਾਲ ਮੇਜਰ ਭਲੂਰ ਫੜਾ ਦਾ ਅੱਜ ਜਾਗਰ ਨੰਗਰ ਵਾਲੇ ਨੂੰ ਲੰਡੇ ਕਿਆਂ ਦੇ ਵਿੱਚੋਂ 3 ਲੱਖ ਦੀ ਸੇਵਾ ਇਕੱਠੀ ਹੋਈ ਇੱਕ ਵਾਰੀ ਤਾੜੀਆਂ ਯਾਰ ਨਾਲ ਮਾਰ ਦਿਓ ਆਪੋ ਆਪਣੇ ਨਾਮ ਦੇ ਮੇਰੇ ਪੰਜਾਬੀ ਵੀਰੋ 3 ਲੱਖ ਰੁਪਏ ਦਾ ਸਹਿਯੋਗ ਅੱਜ ਲੰਡੇ ਕਿਆਂ ਦੇ ਟੂਰਨਾਮੈਂਟ ਤੇ ਜਾਗਰ ਨੰਗਰ ਦੇ ਇਲਾਜ ਦੇ ਲਈ ਇਕੱਠਾ ਹੋਇਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਧੰਨਵਾਦ ਹੈ ਤੁਹਾਡੇ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਹੁੰਦਾ ਆਓ ਸਾਹਮਣੇ ਕਬੱਡੀ ਆਓ ਫਰਿਆਦ ਆਓ ਫਰਿਆਦ ਫਰਿਆਦ ਆਈ ਤੇ ਆਇਆ ਹੋਇਆ ਹੈ ਫਰਿਆਦ ਕਹਿੰਦੇ ਤੁਲ ਤੁਲ ਜੱਫੇ ਲਾਈ ਜਾਂਦਾ ਹੈ ਫਰਿਆਦ ਫਰਿਆਦ ਸਵਾਦ ਵਾਲੇ ਜੱਫੇ ਲਾਉਂਦਾ ਹੈ ਢਾਂਗੇ ਵਾਲੇ ਗੁਰਵਿੰਦਰ ਦੇ 3 ਜੱਫੇ ਹੁਣ ਜੇ ਗੱਲ ਕਰੀਏ ਨਾ ਜੋ ਉੱਧਰ ਲਵਲੀ ਮਹਿਮਦ ਬਾਲ ਦੇ 3 ਜੱਫੇ 5,000 ਦੇ ਖੁੱਲੀ ਮਹਿਰਗਾ ਬਾਲਾ ਮਹਿਰਗਾ ਦੇ ਨਾਲ ਕਾਲਾ ਵੀਰ ਉਹਨਾਂ ਭਰਾਵਾਂ ਦੇ ਵੱਲੋਂ ਕੈਨੇਡਾ ਵਾਲਾ ਕਾਲਾ ਹੈ ਉਹਨਾਂ ਭਰਾਵਾਂ ਦੇ ਵੱਲੋਂ ਆਏ ਆ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਫਿਕਰੀ ਵਾਲਾ ਗੁਰਪ੍ਰੀਤ ਬਣਿਆ ਹੋਇਆ ਹੈ
ਲਓ ਗੁਰਪ੍ਰੀਤ ਠੀਕਰੀ ਵਾਲਿਆ ਗਰਾਊਂਡ ਥੋੜਾ ਕਲੀਅਰ ਕਰ ਦਿਓ। ਮੈਂ ਪਹਿਲਾਂ ਵੀ ਟਾਈਮ ਆਊਟ ਲੈ ਕੇ ਬੇਨਤੀ ਕੀਤੀ ਸੀ, ਥੋੜਾ ਥੋੜਾ ਗਰਾਊਂਡ ਜਿਹੜਾ ਕਲੀਅਰ ਕਰ ਦਿਓ, ਬੜੀ ਮਿਹਰਬਾਨੀ ਹੋਵੇਗੀ। ਠੀਕਰੀ ਵਾਲੀ ਗੁਰਪ੍ਰੀਤ ਦੀ ਰੇਡ ਚਾਰ ਰੇਡਰ ਦਾ, ਪਲੀਜ਼ ਦੋਨੋਂ ਟੀਮਾਂ ਦਾ ਇੱਕ ਕੋਚ ਹੀ ਗਰਾਊਂਡ ਵਿੱਚ ਰਹਿਣਾ ਚਾਹੀਦਾ ਹੈ। ਇੱਧਰ ਤਾਂ ਇੱਕ ਵੀ ਹੈ ਨਹੀਂ, ਪਰ ਪਲੀਜ਼ ਉਧਰਲੇ ਪਾਸਿਓਂ ਬੇਨਤੀ ਹੈ ਵੀ ਇੱਕ ਕੋਚ ਹੀ ਖੇਡ ਮੈਦਾਨ ਦੇ ਵਿੱਚ ਹੋਵੇ। ਰੁਪਿੰਦਰ, ਆ ਜਿਹੜੇ ਪ੍ਰਬੰਧਕ ਆਏ ਸੀ ਨਾ ਜਾਗਰ ਦੇ ਲਈ ਪੈਸੇ ਇਕੱਠੇ ਕਰਨ, ਉਹ ਕਹਿੰਦੇ ਭਰਾਓ ਤੁਸੀਂ ਇਹ ਰੁਪਈਏ ਵੀ ਇਕੱਠੇ ਕਰਕੇ ਦਿੱਤੇ, ਇੱਕ ਇੱਕ ਰੁਪਈਏ ਦੇ ਨਾਲ ਇੱਕ ਇੱਕ ਸਾਹ ਜਾਗਰ ਦੇ ਲਈ ਇਕੱਠਾ ਕਰਕੇ ਦਿੱਤਾ ਹੈ, ਇੱਕ ਜ਼ੋਰਦਾਰ ਤਾੜੀਆਂ ਮਾਰ ਲਓ ਆਪਣੇ ਆਪਣੇ ਨਾਂ ਦੀਆਂ, ਜ਼ੋਰਦਾਰ ਤਾੜੀਆਂ ਮਾਰ ਲਓ। ਸੋ ਧੰਨਵਾਦ ਹੈ, ਇੰਨੀ ਰੇਡ ਤੇ ਰੁਪਿੰਦਰ ਗੱਲ ਕਰੇਗਾ। ਲਓ 3 ਲੱਖ ਦਾ ਸਹਿਯੋਗ ਅੱਜ ਲੈਂਦੇ ਕਿ ਇਹਦੇ ਕਬੱਡੀ ਕੱਪ ਤੋਂ ਜਾਗਰ ਲੰਗਰ ਦੇ ਲਈ ਸਹਿਯੋਗ ਇਕੱਠਾ ਹੋਇਆ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਓ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ ਹੈ, ਇੱਕ ਵਾਰ 11 ਵਾਲੇ ਦੀ ਰੇਡ ਹੈ, ਘੱਲੂ ਘਰ ਹੋਇਆ, ਸ਼ਹੀਦਾਂ ਦਾ ਖੂਨ ਡੁੱਲਿਆ, ਗੈਰ ਪਿੰਡ ਬੜਾ ਮਸ਼ਹੂਰ, ਆਹ ਲੱਗੇ ਪਏ ਜ਼ੋਰ ਫਰਿਆਦ। ਜਿੰਨੀ ਚੀਕੇ ਵਾਲਾ, ਜਿੰਨੀ ਚੀਕੇ ਵਾਲਾ ਮੇਰੇ ਵੀਰੋ, ਮਾਂ ਖੇਡ ਕਬੱਡੀ ਦੇ ਮੁਕਾਬਲੇ ਚੱਲ ਰਹੇ ਹੈ, ਇਹ ਰਿਸ਼ਤੇ ਤਾਂ ਹੋਰ ਬਥੇਰੇ ਨੇ ਬਈ, ਰਿਸ਼ਤਾ ਨਹੀਂ ਕੋਈ ਮਾਂ ਵਰਗਾ, ਲੈ ਰੱਖਦੀ ਨਾਲ ਕਲੇਜੇ ਨੇ ਬਈ, ਰਿਸ਼ਤਾ ਨਹੀਂ ਕੋਈ ਮਾਂ ਵਰਗਾ, ਬਈ ਰਿਸ਼ਤਾ ਨਹੀਂ ਕੋਈ ਮਾਂ ਵਰਗਾ, ਇਹ ਮਾਂ ਖੇਡ ਕਬੱਡੀ ਹੈ। ਆਓ ਸਾਹਮਣੇ ਖੇਡ ਮੈਦਾਨ ਅੰਦਰ ਲਵਲੀ ਮਹਿਮਦ ਵਾਲੀ ਹੈ, ਲਵਲੀ ਸਾਡਾ ਵੀਰ ਹੈ, ਕਹਿੰਦਾ ਬਾਈ ਥੋੜਾ ਸ਼ੇਅਰ ਕਰਕੇ ਕਹਿੰਦਾ ਮੈਂ ਕਬੱਡੀ ਵੇਖਣੀ ਸ਼ੁਰੂ ਕਰ ਦਿੱਤੀ ਹੈ, ਕਿ ਰਿਸ਼ਤੇ ਤਾਂ ਹੋਰ ਬਥੇਰੇ ਨੇ ਬਈ, ਰਿਸ਼ਤਾ ਨਹੀਂ ਕੋਈ ਮਾਂ ਵਰਗਾ, ਲਾ ਰੱਖਦੀ ਨਾਲ ਕਲੇਜੇ ਦੇ ਬਈ, ਰਿਸ਼ਤਾ ਨਹੀਂ ਕੋਈ ਮਾਂ ਵਰਗਾ, ਮਾਂ ਮੇਰੇ ਵੀਰੋ ਰੱਬ ਦਾ ਨਾਮ ਹੈ। ਆਓ ਸਾਹਮਣੇ ਸੰਦੀਪ ਦੋਤੇ ਵਾਲਾ ਕਬੱਡੀ ਪਾ ਰਿਹਾ, ਆਓ ਭਾਂਗੇ ਵਾਲੇ ਆਓ, ਕਰਦੇ ਗੱਲ ਵੱਖਰੀ, ਅੱਜ ਨਜ਼ਾਰੇ ਦੁਨੀਆ, ਅੱਜ ਦੁਨੀਆ ਨੂੰ ਦੱਸ ਦੇ ਵੀ ਇੱਕ ਪਾਸੇ ਕਰਵਿੰਦਾ ਬਣੀ ਹੋਈ ਹੈ ਆਇਆ ਰਾਂਝਾ ਕਲੱਬ ਹੈ ਮੇਰੇ। ਲਓ ਸਾਹਮਣੇ ਅਗਲੀ ਕਬੱਡੀ ਕਰਨ ਦੀ, ਇੱਕ ਪਾਸੇ ਬੱਲੇ ਸੀਪਾ ਲਵੀ ਕਾਂਗੇ ਦਾ 2000 ਦਾ, ਕਾਂਗੇ ਵਾਲੇ ਗੁਰਵਿੰਦਰ ਦਾ 2000, ਚੰਨੋ ਜਰਮਨ ਕਹਿੰਦੇ ਨੇ ਕਨੇਡਾ ਦੇ ਸੁਰਜੀਤ ਜਰਮਨ, ਇਹਨਾਂ ਭਰਾਵਾਂ ਦੇ ਵੱਲੋਂ ਲੱਗਿਆ ਹੋਇਆ ਹੈ। ਆ ਕਹਿੰਦੇ ਨਾਉ ਯੂਅਰ ਹੈਪੀ ਆਏ, ਇਹਦਾ ਕੋਟ ਭਾਈ ਪਿੰਡ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ। ਇੱਕ ਇੱਕ ਰੇਡ ਅੱਜ ਤਸੱਲੀ ਵਾਲੀ ਆਏ, ਉੱਧਰ ਕਹਿੰਦੇ ਬੱਬੂ ਭਿੰਡਰਾ ਵਾਲੇ ਦਾ ਇੱਕ ਤੇ 3 ਜੱਫੇ 5000 ਦੇ ਕਾਫਲੀ ਯੂਐਸਏ ਪਾਲਾ, ਯੂਐਸਏ ਦੇ ਨਾਲ ਕਾਲਾ ਕਨੇਡਾ, ਇਹਨਾਂ ਭਰਾਵਾਂ ਦੇ ਵੱਲੋਂ ਬੱਬੂ ਭਿੰਡਰਾ ਵਾਲੇ ਦੇ 3 ਜੱਫੇ, ਲਵਲੀ ਮਹਿਮਦ ਵਾਲੀਏ ਦੇ ਤੇ ਕਾਂਗੇ ਵਾਲੇ ਗੁਰਵਿੰਦਰ ਦੇ 3-3 ਜੱਫੇ 5-5000 ਦੇ ਹੋਣਗੇ, 5-5000 ਦੇ ਹੋਣਗੇ। ਅੱਗੜ ਕਰਨ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ, ਫਰਿਆਦ ਅਲੀ ਨੂੰ ਟੱਚ ਕੀਤਾ ਤੇ ਪੁਆਇੰਟ ਧਾਵੀ ਦੇ ਖਾਤੇ, ਆ ਪੁਆਇੰਟ ਬਲਕਰਨ ਦੇ ਖਾਤੇ ਦੇ ਵਿੱਚ ਜੁੜਿਆ ਹੈ। ਅਗਲੀ ਕਬੱਡੀ ਦੇ ਰੁਪਿੰਦਰ ਦੇ ਬੋਲ, ਲਓ ਸਾਹਮਣੇ ਅਗਲੀ ਕਬੱਡੀ ਮੇਰੇ ਵੀਰੋ, ਬਹੁਤ ਫਸਮਾ ਮੁਕਾਬਲਾ ਖੇਡਿਆ ਜਾ ਰਿਹਾ ਹੈ, ਮਹਿਮਦ ਵਾਲੀਆ ਜੋਤਾ ਦੀ ਖੇਡ ਕਲੱਬ ਵੱਲੋਂ ਕਬੱਡੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਧਿਆ ਹੋਇਆ, ਮਹਿਮਦ ਮਾਰਦਾ ਜੋਤਾ ਗੁਰਵਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਕਾਲਾ ਐਮ ਸੀ, ਜਸਵਿੰਦਰ ਸਿੰਘ ਕਾਕਾ ਐਮ ਸੀ, ਨਾਲ ਉਹਦਾ ਸੁਖਚੈਨ ਗਿੱਲ ਚੈਣੀ ਤੇ ਗੋਪੀ ਆਸਟ੍ਰੇਲੀਆ, ਕਾਂਗੇ ਵਾਲਾ ਗੁਰਵਿੰਦਰ ਦੇ 3 ਜੱਫੇ 5000 ਰੁਪਈਏ ਦੇ, ਮੈਂ ਵੀ 5000 ਦੇ, ਆ ਬੱਬੂ ਨੇ ਜੱਫਾ ਫੇਰ ਲਾ ਦਿੱਤਾ ਤੇ ਜਤਿੰਦਰ, ਜੇ ਗੱਲ ਕਰੀਏ ਜਤਿੰਦਰ
ਤੇ ਨਾਲ ਉਹਨਾਂ ਦੇ ਵੀਰ ਮੇਰਾ ਮਰੀ ਗਿੱਲ 2000 ਦਾ ਜੱਫਾ ਜਿਹੜਾ ਲੱਗ ਚੁੱਕਿਆ। ਅਗਲੀ ਕਬੱਡੀ ਪਾਉਣ ਦੇ ਲਈ ਗੁਰਪ੍ਰੀਤ ਸ਼ੀਕਰੀ ਵਾਲੀਆ ਮੈਦਾਨ ਦੇ ਵਿੱਚ ਵਧਿਆ ਹੋਇਆ। ਕਹਿੰਦੀ ਰੇਡ ਤੇ ਰੁਪਿੰਦਰ ਸ਼ੇਰ ਦਾ ਕਹਾਣੀ ਲਓ ਫਰਿਆਦ ਫਰਿਆਦ ਜਾਂ ਫਿਰ ਆਓ ਫਰਿਆਦ ਨੇ ਜੱਫਾ ਲਾਇਆ ਕਿ ਨਹੀਂ ਗੁਰਜੀਤ ਸਿੰਘ। ਬਾਅਦ ਚੋਂ ਜਿਹਦੀ ਵੀ ਪੁਆਇੰਟ ਜਿਹੜਾ ਡੀਏਵੀ ਦੀ ਖੇਡ ਕਲੱਬ ਦੇ ਹਿੱਸੇ ਜਾ ਜੁੜਿਆ 10-1.5 ਦੀ ਟੱਕਰ ਜਿਹੜੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਖੇਡੀ ਜਾ ਰਹੀ ਹੈ। ਕੋਈ ਜ਼ਿਆਦਾ ਫਰਕ ਨਹੀਂ, ਮੈਚ ਸਿਰੇ ਦਾ ਚੱਲ ਰਿਹਾ। ਹੈਪੀ ਕੋਟ ਭਾਈ ਵਾਲਾ ਔਰ ਦੂਜੇ ਪਾਸੇ ਰਾਜੂ ਖੋਸੇ ਕੋਟਲਾ ਪਿੰਡ ਹੈ ਸੁਣਾ ਜਾਂਦਾ ਹੈ ਲਾਹ ਤੱਕਣਾ ਜੱਫਾ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰ ਗਿਆ ਖੋਸੇ ਕੋਟਲੇ ਵਾਲਾ ਰਾਜੂ ਲਾ। ਅਗਲੀ ਕਬੱਡੀ ਗਹਿਰਾ ਵਾਲੇ ਕਮਾਲ ਦੀ ਪੈ ਚੁੱਕੀ ਹੈ। ਡੀਏਵੀ ਦੇ 4 ਨੇ ਜੀਤਾ ਤਿਆਰ ਹੈ ਪਰ ਸਾਹਮਣੇ ਵੇਖਣਾ ਵੀ ਕੌਣ ਇਸ ਨੌਜਵਾਨ ਨਾਲ ਦੋਸਤ ਕਰਦਾ ਹੈ। ਗਹਿਲਾ ਵਾਲਾ ਇਕਬਾਲ ਕਬੱਡੀ ਪਾ ਰਿਹਾ, ਇਕਬਾਲ ਨੂੰ ਫਿਰ ਟੱਚ ਕੀਤਾ ਫਰਿਆਦ ਨੇ ਤੇ ਪੁਆਇੰਟ ਆਪਣੀ ਟੀਮ ਦੇ ਖਾਤੇ। ਆ ਸੰਦੀਪ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ। ਮਨਪ੍ਰੀਤ ਆਸਟ੍ਰੇਲੀਆ ਵੱਲੋਂ 500 ਰੁਪਈਆ, ਬੱਬੂ ਭਿੰਡਰਵਾ ਜਿੰਨੇ ਜੱਫੇ ਲਾਵੇਗਾ। ਨਾਲ ਵੀ ਗਗਨ ਜੇ ਗੱਲਾਂ ਕਰੀਏ ਜਤਿੰਦਰ USA ਤੇ ਉਹਨਾਂ ਦੇ ਨਾਲ ਮਨੀ ਗਿੱਲ ਉਹਨਾਂ ਵੱਲੋਂ 2000 ਦਾ ਬੱਬੂ ਦਾ ਜੱਫਾ ਅੱਜ ਕਿਤੇ ਕੌਡੀ ਦੇ ਮੈਦਾਨ ਦੇ ਵਿੱਚ ਹੈ। ਧਾਗੇ ਵਾਲੇ ਗੁਰਵਿੰਦਰ ਦੇ 3 ਜੱਫੇ 5000 ਦੇ, ਕਾਲੇ ਹੋਰੋ ਥੱਲੀ ਵੱਲੋਂ ਤੇ ਨਾਲ ਕਾਲੇ ਕਨੇਡਾ ਵੱਲੋਂ ਲਵਲੀ ਬਹਿਮਦ ਵਾਲੀਆ ਦੇ 3 ਜੱਫੇ 5000 ਦੇ, ਕਾਲੇ ਕਨੇਡਾ ਵੱਲੋਂ ਥੱਲੀ ਅਮਰੀਕਾ ਤੇ ਨਾਲ ਉਹਨਾਂ ਦੇ ਪਲਾਸਟ ਦਾ ਪਾਲਾ ਅਮਰੀਕਾ। ਡੀਏਵੀ ਵਾਲਿਓ ਵੀਰੇ ਮੈਂ ਤੁਹਾਨੂੰ ਵਾਰ ਵਾਰ ਬੇਨਤੀ ਕਰ ਰਿਹਾ ਤੁਸੀਂ ਸਾਡੇ ਮਹਿਮਾਨ ਹੋ ਭਰਾ ਯਾਰ ਆਪਾਂ ਸਾਰੇ, ਪਰ ਯਾਰ ਇੱਦਾਂ ਚੰਗਾ ਨਹੀਂ ਲੱਗਦਾ। ਹੁਣ ਤੁਸੀਂ ਗਰਾਊਂਡ ਦੇ ਵਿੱਚ ਖੜੇ ਹੋ ਯਾਰ, ਕੀ ਸਿਸਟਮ ਆ ਯਾਰ ਇਹ ਵੀਰ ਬਣ ਕੇ ਯਾਰ, ਪਲੀਜ਼ ਬੱਬੂ ਹੈਗਾ ਕੋਚ ਇੱਕ ਹੈਗਾ, ਪਲੀਜ਼ ਮੇਰਾ ਵੀਰ ਬਣ ਕੇ ਬਾਹਰਲੇ ਪਾਸੇ ਬੱਬੂ ਭਿੰਡਰਾਂ ਵਾਲੇ ਦੇ 2 ਜੱਫੇ 2000 ਦੇ, ਪਿੰਦੀ ਨੰਬਰ ਦਾ ਉਧਰ ਪੱਪਾ ਕਨੇਡਾ ਜੀ, ਪੱਪਾ ਕਨੇਡਾ ਗੁਰਵਿੰਦਰ ਕੋਲਾ ਜੀ ਤੁਹਾਡੇ ਵੱਲੋਂ ਉਧਰ ਮੇਰੇ ਵੀਰੇ 2000 ਦੀ ਗੱਲ ਚੱਲ ਪਈ ਹੈ। ਰਾਜੂ ਦੇ 2 ਜੱਫੇ 3000 ਦੇ, ਨਿੰਮਾ ਕਨੇਡਾ ਵੱਲੋਂ ਲੈ ਵੀ ਅਗਲੀ ਕਬੱਡੀ ਪਾਉਣ ਦੇ ਲਈ। ਆ ਕਹਿੰਦੇ ਫਰਿਆਦ ਨੂੰ ਟੱਚ ਕੀਤਾ ਤੇ ਪੁਆਇੰਟ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਕੇ ਅੰਕਾਂ ਦੇ ਵਿੱਚ ਵਾਧੇ ਕਰ ਦਿੱਤੇ। ਕਲਿਆਣਾ ਵਾਲੇ ਬਲਕਾਰਾਂ ਨੇ ਅੱਜ ਮੇਜਰ ਬਹਿਰੀਆਂ ਵਾਲਾ ਮੇਰੇ ਵੀਰੋ ਮੱਤਾ ਬਹਿਰੀਆਂ ਦੀ ਧਰਤੀ ਦਾ ਇਸ ਮੈਦਾਨ ਦੇ ਵਿੱਚ ਨੌਜਵਾਨ ਕਬੱਡੀ ਪਾ ਰਿਹਾ ਹੈ। ਮੱਤਾ ਬਹਿਰੀਆਂ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਨੇ, ਸਾਰੀ ਸਪੋਰਟਸ ਕਲੱਬ ਵਧਾਈ ਦੀ ਹੱਕਦਾਰ ਹੈ। ਮੇਲਾ ਸਿਰੇ ਦਾ ਹੋਇਆ ਲੰਡੇ ਗਿਰ ਵਿੱਚ ਲਓ ਸਾਹਮਣੇ ਕਹਿਣਾ ਵਾਲੇ ਕਮਾਲ ਦੀ ਕਬੱਡੀ ਮੇਰੇ ਵੀਰੋ ਪੈ ਚੁੱਕੀ ਹੈ ਖੇਡ ਮੈਦਾਨ ਅੰਦਰ ਤੇ ਲਵਲੀ ਮਹਿਮਦ ਮਾਰਦਾ, ਲਵਲੀ ਮਹਿਮਦ ਮਾਰਦਾ ਤੇ ਗਹਿਰਾ ਵਾਲੇ ਦੇ ਵਿੱਚ ਬੜੀ ਜਾਨ ਹੈ। ਇਸ ਵੇਲੇ ਪਾੜ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਮੇਰੇ ਵੀਰੋ। ਕਬੱਡੀ ਆਲ ਓਪਨ ਦਾ ਲੰਡੇ ਕਿਹੜੇ ਮੇਲੇ ਦਾ ਫਾਈਨਲ ਮੈਚ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਗੁਰਵਿੰਦਰ ਘਾਂਗੇ ਦੇ ਨਾਲ ਹੈਪੀ ਕੋਟ ਭਾਈ ਵਾਲੇ ਦੀ ਟੱਕਰ ਹੈ ਤੇ ਪੁਆਇੰਟ ਜਿਹੜਾ ਡੀਏਵੀ ਕਾਲਜ ਦੇ ਹਿੱਸੇ ਜਾ ਜਿਹੜਾ ਹਾਫ ਟਾਈਮ ਦੀ ਵਿਸਲ ਹੈ। 14 ਨੰਬਰ ਨੇ ਇਸ ਮੁਕਾਬਲੇ ਦੇ ਵਿੱਚੋਂ ਡੀਏਵੀ ਕਾਲਜ ਦੇ ਤੇ 20.5 ਨੰਬਰ ਨੇ ਟੱਕਰ ਮਾਰੇ ਨੇ ਹਾਫ ਟਾਈਮ ਤੱਕ। ਅਗਲੇ ਐਪੀਸੋਡ ਦੀ
ਕਿਹੋ ਜੀ ਗੱਲ ਹੁੰਦੀ ਹੈ ਇਹ ਗੱਲ ਸਮੇਂ ਦੀ ਹੋਵੇਗੀ। ਗੁਰਵਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਕਾਕਾ ਐਮ ਸੀ, ਸੁਖਜੈਨ ਸਿੰਘ ਗਿੱਲ ਚਾਣੀ ਜੀ ਗੋਪੀ ਆਸਟ੍ਰੇਲੀਆ ਧਰਦੇ ਵਾਲੇ, ਗੁਰਵਿੰਦਰ ਦੇ 3 ਜੱਫੇ 5,000 ਦੇ ਬੂਟਾ ਅਮਰੀਆਣਾ ਜੀ ਆ ਜਾਣਾ, ਬੂਟਾ ਅਮਰੀਆਣਾ ਜੀ ਆਓ ਜੀ। ਹੈਲੋ ਗੱਬਰ ਗੱਬਰ, ਹੈਲੋ ਧਰਮੇ ਦਾ ਬੇਸ ਘੱਟ ਕਰ ਥੋੜਾ, ਕਹਿਲੋ ਹੈਲੋ ਧਰਮੇ ਗੱਬਰ ਸਾਹਿਬ ਉਧਰ ਲੜਦੇ ਦੂਜਾ। ਹੈਲੋ ਵੀਰੇ ਭਰਾ, ਪਿਆਰ ਨਾਲ ਵੇਜੋ ਭਰਾ ਫੜ ਕੇ। ਮਨਪ੍ਰੀਤ ਆਸਟ੍ਰੇਲੀਆ ਵੱਲੋਂ ਬੱਬੂ ਪਿੰਡਰ ਦੇ ਕਹਿੰਦੇ ਜੱਫੇ ਦਾ 500 ਕਬੱਡੀ ਦਾ ਚੋਟੀ ਦਾ ਮੈਚ ਮੇਰੇ ਮਿੱਤਰੋ ਖੇਡਿਆ ਜਾ ਰਿਹਾ। ਡੀਏਵੀ ਕਬੱਡੀ ਕਲੱਬ ਜਲੰਧਰ ਤੇ ਦੂਸਰੇ ਬੰਨੇ ਤਾਇਆ ਰਾਂਝਾ ਕਬੱਡੀ ਕਲੱਬ ਕਲਿਆਣ ਸੁੱਖਾ ਤੇ ਡੱਗੋ ਰਮਾਣਾ। ਲੈ ਵੀ ਫਰਿਆਦ ਅੱਜ ਦੇ ਮੇਲੇ ਦੇ ਦਸਤਾਂ ਨੂੰ ਬੋਲਟ ਉਹ ਬੋਲਟ ਉਹ ਮੈਮਨ ਵਾਲੀਆਂ ਲਵਲੀ 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 ਜਲੰਧਰ ਸਿੱਧੂ ਸਾਹਿਬ ਦਾ ਨਾਲ ਦੀਪੇ ਬਾਈ ਜਨੇਰ ਵਾਲੇ ਦਾ ਧੰਨਵਾਦ ਹੈ। ਰੇਡ ਪੈ ਗਈ ਰੁਪਿੰਦਰ ਚੱਕ ਪਾ ਕੇ ਰੇਡਰ ਦਾ ਗੁਰਮੀਤ ਸਿੰਘ ਜੀ ਸਿੱਧੂ ਸਾਹਿਬ ਦਾ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਸੱਤੀ ਉਹਨਾਂ ਦਾ ਕਹਿੰਦੇ ਯੂਐਸਏ ਤੋਂ ਭਜੀ ਹੋਣੀ ਸਾਡੇ ਵੀਰ ਨੇ, ਬਹੁਤ ਬਹੁਤ ਧੰਨਵਾਦ ਹੈ। ਥੱਲੀ ਹੋਣਾ ਦਾ ਪਾਲੇ ਹੋਣਾ ਦੇ ਗਹਿ ਗੱਡ ਮੈਸੇਜ ਹੋ ਗਿਆ। ਮੈਂ ਵੀ ਕਾਕੇ ਅੱਜ ਕੀਤੀ ਮਿਹਨਤ ਕਹਿੰਦੇ ਨੌਜਵਾਨਾਂ ਰਾਸ ਆ ਗਈ ਹੈ, ਸਾਰੀ ਕਲੱਬ ਵਧਾਈ ਦੀ ਹੱਕਦਾਰ। ਲਓ ਕਬੱਡੀ ਖੇਡ ਮੈਦਾਨ ਅੰਦਰ ਚਾਰ ਜਾਫੀ ਵਾਲਾ ਸਭ ਤੋਂ ਉਧਰ ਚੰਨੋ ਜਰਮਨ ਗਗਨ ਕਨੇਡਾ ਸੁਰਜੀਤ ਜਰਮਨ ਉਹਨਾਂ ਵੱਲੋਂ ਭਾਂਗੇ ਵਾਲੇ ਦੋ ਜਫੇ 5,000 ਤੋਂ ਹੋਰ ਗਿਆ ਮੇਰੇ ਵੀਰੋ। ਅੱਜ ਦੇ ਮੇਲੇ ਦਾ ਸੁਪਰ ਫਾਈਨਲ ਚੱਲ ਰਿਹਾ, ਉਧਰ ਵੀਰ ਸੱਤੀ ਜਵਾਸ ਥੱਲੀ ਜਵਾਸ ਪਾਲਾ ਕਨੇਡਾ ਤੇ ਨਾਲ ਸੱਤੀ ਬਾਈ ਦਾ ਵੱਡੇ ਮਾਨ ਹੋ ਗਿਆ ਜਫੇ ਉੱਪਰ। ਉਹ ਮਾਨਦਲ ਰੋਡ ਵਾਲਾ ਦੋ ਹਜ਼ਾਰ ਤੇ ਨਾਲ ਸਾਡੇ ਵੀਰ ਬਾਈ ਗਗਨ ਲੰਡੇ ਗਏ ਤੇ ਗੁਰਪਾਲ ਸਵੇਰ ਵੱਲੋਂ ਜਿੰਨੇ ਜੱਫੇ ਗੁਰਵਿੰਦਰ ਲਾਵੇਗਾ ਹਰ ਜੱਫੇ ਦਾ 500 ਦਿੱਤਾ ਜਾਵੇਗਾ। ਵਾਲੀਬਾਲ ਖਿਡਾਰੀ ਦਾ ਸੁੱਖੇ ਗਿੱਲ ਕਨੇਡਾ ਵਾਲੇ ਵੱਲੋਂ ਕਹਿੰਦੇ ਆਈਫੋਨ ਪ੍ਰੋ ਵਿਸ਼ਵਾਰਾਂ ਦੇ ਨਾਲ ਸਨਮਾਨਿਤ ਕੀਤਾ ਗਿਆ। ਮੁਬਾਰਕਬਾਦ ਆ ਪਾਲੇ ਦੇ ਲਈ, ਵਾਲੀਬਾਲ ਖਿਡਾਰੀ ਦੇ ਲਈ। ਆਓ ਸਾਹਮਣੇ ਚਿੱਟੀਆਂ ਨਿਕਰਾਂ ਨੇ, ਕਹਿੰਦੇ ਕਹਿੰਦੇ ਫਰਿਆਦ ਤੇ ਇੰਦਰਜੀਤ ਦੀ ਜੋੜੀ ਪ੍ਰਸਿੱਧ ਹੋਈ ਵੀ ਚਿੱਟੀਆਂ ਨਿਕਰਾਂ। ਨਿਰਵਿੰਦਰ ਘਾਗੇਵਾਲ ਦੇ ਜੱਫੇ ਦਾ 7,000 ਮੋਠਾ ਕਨੇਡਾ ਗੋਪੀ ਆਸਟ੍ਰੇਲੀਆ ਸੁਖਚੈਨ ਗਿੱਲ ਚੈਰੀ ਤੇ ਜਸਵਿੰਦਰ ਸਿੰਘ ਕਾਕਾ ਐਮ ਸੀ ਤੇ ਗੁਰਵਿੰਦਰ ਗਿੱਲ ਹੋਇਆ ਜੱਫਾ 7,000 ਦਾ ਮੇਰੇ ਵੀਰੋ। ਆਓ ਗੁਰਵਿੰਦਰ ਘਾਗਾ 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 ਹੋਇਆ ਸੁਪਨਿਆ ਚਾਹੁੰਦਾ ਘਾਂਗੇ ਵਾਲਾ ਬਈ ਦਰਸ਼ਕ ਵੀਰੋ ਇੱਕ ਤੁਹਾਡੇ ਤੋਂ ਰਹਿ ਲੈਣੀ ਸੀ। ਗੁਰਵਿੰਦਰ ਘਾਗੇ ਵਾਲਾ ਸਿਰੇ ਦੇ ਜੱਫੇ ਲਾਉਂਦਾ ਇਹਦਾ ਨਾਂ ਨਾਟ ਗਿਆਰਾ ਰੱਖ ਦੀਏ
ਜੇ ਮਨਜ਼ੂਰ ਹੈ ਕਰੀ ਸਾਰੇ ਜੋਰ ਤਾੜੀਆਂ ਮਾਰ ਦੋ ਮੇਰੇ ਵਿੱਚੋਂ ਕਬੱਡੀ ਦਾ ਨਾਟ ਗਿਆਰਾਂ ਜਾਫੀ ਜਿਹੜਾ ਪਹਿਲੀਆਂ ਤੋਂ ਸੋਲਾਂ ਦੇ ਕਾਰਾਂ ਚ ਪਹਿਲੀਆਂ ਤੋਂ ਡਬਲ ਬੈਂਟਰੀਆਂ ਚ ਉਹ ਪਹਿਲੀਆਂ ਤੋਂ ਡਬਲ ਕਲੱਚ ਦੇ ਵਿੱਚ ਤੁਰਿਆ ਆਉਂਦਾ ਮੇਰੇ ਮਿੱਤਰੋ। ਇਹ ਮੂਸੇ ਵਾਲਾ ਕਹਿੰਦੇ ਪੰਜਾਬੀ ਇੰਡਸਟਰੀ ਦਾ ਨਾਟ ਗਿਆਰਾਂ ਹੈ, ਜੇ ਮੂਸੇ ਵਾਲਾ ਪੰਜਾਬੀ ਇੰਡਸਟਰੀ ਦਾ ਨਾਟ ਗਿਆਰਾਂ ਤੇ ਸਾਡੀ ਖੇਡ ਕਬੱਡੀ ਦਾ ਨਾਟ ਗਿਆਰਾਂ ਇਕਬਾਲ ਗਿੱਲ ਦੀ ਰੇਡ ਹੈ, ਮੈਚ ਵੀ ਚੋਟੀ ਦਾ ਚੱਲਦਾ ਹੈ, ਸ਼ੇਰਾਂ ਵਰਗੇ ਮੈਦਾਨ ਦੇ ਵਿੱਚ ਮੇਰੇ ਵੀਰੋ ਸ਼ੇਰਾਂ ਨਾਲ ਜੱਫੇ ਤੇ ਪਹਾੜਾਂ ਨਾਲ ਮੱਛੋ ਨਵਾਂ ਜਾਣਦੇ ਪੰਜਾਬੀ ਜੋ ਇਰਾਦਿਆਂ ਦੇ ਪੱਕੇ ਜਿਹੜੇ ਕੌਮ ਦੇ ਗਦਾਰ ਹੁੰਦੇ ਧਰਤੀ ਤੇ ਭਾਰ ਬੇਈਮਾਨ ਬੰਦਿਆਂ ਨੂੰ ਪੈਂਦੇ ਲਾਂਤਾਂ ਦੇ ਧੱਕੇ ਜਦੋਂ ਲਿਖਦਾ ਜੱਟ ਪੈਂਦੀ ਲੋਹੇ ਉੱਤੇ ਸੱਟ ਰਾਜੇ ਖੇਲੇ ਦੇ ਖਿਆਲ ਹੁੰਦੇ ਅੱਗ ਨਾਲੋਂ ਤੱਤੇ ਰਾਜੇ ਖੇਲੇ ਦੇ ਖਿਆਲ ਹੁੰਦੇ ਅੱਗ ਨਾਲੋਂ ਤੱਤੇ। ਮਾਮਾ ਗੁਰਮੇਜ ਡਾਲੇ ਵਾਲਾ ਪੁੱਜਿਆ ਹੋਇਆ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹੈ ਸਰਦਾਰ ਤੇਲ ਸਿੰਘ ਸਿੱਧੂ ਅੱਜ ਹੁੰਦੇ ਨੇ ਬੜਾ ਖੁਸ਼ ਹੋਣਾ ਸੀਗਾ ਕਿ ਮੇਲਾ ਸਫਲ ਹੋ ਗਿਆ ਤੇ ਨਾਲ ਗੁਰਪਾਲ ਸਪੇਨ। ਬਹੁਤ ਧੰਨਵਾਦ ਮਨਪ੍ਰੀਤ ਮੰਡੀਲਾ ਉਧਰ ਆਸਟ੍ਰੇਲੀਆ ਨੂੰ ਵੀ ਵੱਡੇ ਪਿਆਰ ਹੋਣਗੇ ਵੀਰੇ ਨਾਂ ਵੀ ਬੋਲਾਂਗੇ ਕਮੇਟੀ ਵੀ ਕਰ ਲੈਂਦੇ ਭਰਾ ਬਣ ਕੇ। ਮੈਚ ਬਹੁਤ ਚੋਟੀ ਦਾ ਚੱਲਦਾ, ਮੈਚ ਸਿਰੇ ਦਾ ਚੱਲਦਾ, ਉਹ ਨਾਟ ਗਿਆਰਾਂ ਕਹਿਦਾ ਇੱਕ ਭਿੰਡਰਾਂ ਨੂੰ ਬੋਲ ਜਾਂਦਾ ਦੀਦਾ, ਇੱਕ ਭਿੰਡਰਾਂ ਨੂੰ ਬੋਲ ਜਾਂਦਾ ਦੀਦਾ, ਇਹਨੂੰ ਦੁਨੀਆਂ ਕਹਿੰਦੀ ਆ ਗੁਰਦਿਆਲਾ, ਇਹ ਕਰਦਾ ਕਮਾਲਾ ਤੇ ਲੋਕ ਪਾਉਂਦੇ ਆ ਧਮਾਲਾ, ਆਹ ਲੋਕ ਪਾਉਂਦੇ ਆ ਧਮਾਲਾ ਤੇ ਹੁੰਦੀ ਲਾਲਾ ਲਾਲਾ ਮਨਪ੍ਰੀਤ ਆਸਟ੍ਰੇਲੀਆ। ਉਹ ਲੰਡੇ ਕਹੇ ਇਮਾਨਦਾਰੀ ਨੇ ਦੱਸੇ ਇੱਕ ਗੱਲ, ਸੱਚੀ ਸਵਾਦ ਆਇਆ ਕਿ ਨਹੀਂ ਅੱਜ? ਜਿਹਨਾਂ ਜਿਹਨਾਂ ਨੂੰ ਸੱਚੀ ਸਵਾਦ ਆਇਆ ਤਾਂ ਫਿਰ ਇੱਕ ਵਾਰੀ ਫਰਿਆਦ ਚਿੰਬੜ ਗਿਆ, ਫਰਿਆਦ ਚਿੰਬੜ ਗਿਆ, ਫਰਿਆਦ ਚਿੰਬੜ ਗਿਆ ਭਾਰਤ ਲਬੰਦੇ ਯਾਰ ਪਰੇ ਮਿਰਜੇਗਾ ਵਾਲਾ ਕਹਿੰਦਾ ਪਰੇ ਰਹਿ ਉਧਰ ਕਹਿੰਦੇ ਨੰਦਾ ਨੰਦੇ ਕੇ ਵੀਰ ਸਾਡਾ ਬੈਸਟ ਨਿਕਲਦਾ ਤੇ 1000 ਹੋਵੇਗਾ ਮੇਰੇ ਵੀਰੋ, ਉਹ ਦੁਨੀਆ ਸਵਾਲ ਲੈਣ ਆਈ ਆ ਕਬੱਡੀ ਦਾ ਨਜ਼ਾਰਾ ਲੈਣ ਦੇ ਭਰਾ ਬਣ ਕੇ। ਉਹ ਪਿੰਡਰਾਲਾ ਕਹਿੰਦਾ ਐ ਕਿਵੇਂ, ਉਹ ਪਿੰਡਰਾਲਾ ਗੁਰਦਿਆਲਾ ਕਹਿੰਦਾ ਐ ਕਿਵੇਂ, ਉਹ ਐ ਕਿਵੇਂ, ਮੇਰਾ ਪਿੰਡ ਭਿੰਡਰ ਨੇੜੇ ਆ, ਮੇਰਾ ਪਿੰਡ ਭਿੰਡਰ ਨੇੜੇ ਆ, ਜਿਹੜੇ ਪਿਆਰ ਕਰਦੇ ਬੱਬੂ ਨੂੰ ਤਾੜੀ ਮਾਰਨਗੇ ਜਿਹੜੇ ਜਿਹੜੇ, ਤਾੜੀ ਮਾਰਨਗੇ ਜਿਹੜੇ ਜਿਹੜੇ। ਹਰ ਚੋਟੀ ਦਾ ਮੈਚ ਮੇਰੇ ਵੀਰੋ ਪੈਸੇ ਨਾਲ ਦੇ ਵੀਰੋ ਪਹੁੰਚ ਕੇ ਖਰੀਦ ਲਓ, ਰੁਪਿੰਦਰ ਪੈਂਦੀ ਰੇਟ ਤੇ ਕਰੀ ਗਾ ਸਾਹਮਣੇ ਸੰਦੀਪ ਗੁਰਦੇ ਵਾਲਾ ਮੇਰੇ ਵੀਰੋ ਭਾਂਗੇ ਵਾਲਿਆ ਨਜ਼ਾਰਾ ਉਹ ਨਾਟ ਗਿਆਰਾਂ
ਦਿਲਵਰ ਜਾਨੀ ਉਂਗਲੀ ਤੇ ਰੁਮਾਲ ਘਟਾਉਂਦਾ। ਇੱਕ ਮਿੰਟ ਵੀਰੇ, ਯਾਰ ਪੰਜ ਬੰਦੇ ਆ ਤੁਸੀਂ ਤੇ ਮੈਂ ਬੋਲਣ ਵਾਲਾ ਇਕੱਲਾ ਵੀਰ ਬਣ ਕੇ, ਯਾਰ ਇੱਕ ਜਿਹੜਾ ਕਹੋ ਫਿਰ ਤਾਂ ਸਾਰੇ ਬੋਲੇ ਜਾਣਗੇ। ਬਹੁਤ ਤੁਹਾਡਾ ਧੰਨਵਾਦ, ਤੁਸੀਂ ਇਹਨੇ ਰੁਪਈਏ ਦੇ ਰਹੇ, ਮੈਂ ਥੈਂਕ ਯੂ ਕਰਦਾ। ਪਰ ਇਕੱਲਾ ਇਕੱਲਾ ਭਰਾ ਬਣ ਕੇ ਦੱਸੋ, ਕਬੱਡੀ ਬੋਲਣੀ ਵੀ ਬੜੀ ਜ਼ਰੂਰੀ ਹੈ, ਮੈਚ ਵੀ ਬਹੁਤ ਚੋਟੀ ਦਾ। ਸਾਰੇ ਲੰਡੇ ਵੱਲੋਂ ਕਿਹਦੇ ਲਈ ਵੀਰੇ ਮਾਨ, ਆਪਣੇ ਪੈਸੇ ਆਪ ਦੀਆਂ ਵੀ ਪਹੁੰਚਦੇ ਕਰੀ ਚਲੋ ਵੀਰੇ। ਬਹੁਤ ਬਹੁਤ ਧੰਨਵਾਦ ਗੁਰਵਿੰਦਰ ਗਿੱਲ, ਜਸਵਿੰਦਰ ਕਰਦਾ ਐਮਸੀ, ਨਾ ਸੁਰਜੈਨ ਗਿੱਲ ਚੈਨੀ ਕਨੇਡਾ ਤੇ ਗੋਪੀ ਆਸਟ੍ਰੇਲੀਆ ਤੇ ਨਾਲ ਵੀਰ ਮੋਠਾ ਕਨੇਡਾ, ਉਧਰ ਚੰਨੋ ਜਰਮਨ, ਲਗਨ ਕਨੇਡਾ ਤੋਂ ਸੁਰਜੀਤ ਜਰਮਨ, ਉਹਨਾਂ ਵੱਲੋਂ 5000 ਘਾਂਗੇ ਦੇ ਜੱਫੇ ਦਾ ਪਹੁੰਚਦਾ ਕਰਦਾ ਪੈਸੇ ਫਿਰ ਚਲੋ। ਮਨਪ੍ਰੀਤ ਆਸਟ੍ਰੇਲੀਆ, ਉਹ ਪੈਸੇ ਵੀਰੇ ਪਹੁੰਚਦੇ ਕਰਦੇ ਭਰਾ ਬਣ ਕੇ। ਆਹ ਰੁਪਿੰਦਰ ਕਬੱਡੀ ਕਹਿੰਦੇ ਤਿਆਰ ਕਰਨ ਦਿਆਲਪੁਰੇ ਵਾਲਾ ਜਲਾਬ ਦੀਆਂ ਗਰਾਊਂਡਾਂ ਦੇ ਵਿੱਚ ਕੀਤੀ ਮਨੀ ਕੋਲ ਮਿਹਨਤ, ਅੱਜ ਟੌਪ ਦਾ ਰੇਡਰ ਬਣ ਗਿਆ ਸਾਡੀ ਖੇਡ ਕਬੱਡੀ ਦਾ। ਆਓ ਫਰਿਆਦ ਬੈਠੋ ਮੋਟਰਸਾਈਕਲ ਤੇ, ਪਰ ਪੁਆਇੰਟ ਜਿਹੜਾ ਹੈ ਰੇਡਰ ਦੇ ਹਿੱਸੇ ਚ ਆ ਜਿਹੜਾ ਬੱਬੂ ਸਾਡਾ ਵੀਰ ਕਹਿੰਦੇ ਪੁੱਜਿਆ ਹੋਇਆ ਅੱਜੇ ਤੇ ਪਰਮੇ ਕਲੇਰਾ ਵਾਲਾ। ਧੰਨਵਾਦ ਕਰਦੇ ਹਾਂ ਸਾਰੇ ਭਰਾਵਾਂ ਦਾ, ਸਾਰੇ ਆਏ ਹੋਏ ਦਰਸ਼ਕਾਂ ਦਾ, ਸੰਤ ਬਾਬਾ ਸੂਰਤ ਸਿੰਘ ਜੀ, ਸੰਤ ਬਾਬਾ ਰਾਮ ਸਿੰਘ ਜੀ ਸਪੋਰਟਸ ਕਲੱਬ, ਸਾਰੇ ਨਗਰ ਦੇ ਐਨਆਰਆਈਜ਼ ਵੱਲੋਂ ਕਹਿ ਗੱਡ ਬਾਤ ਧੰਨਵਾਦ ਕੀਤਾ ਜਾਂਦਾ ਜਿਹਨਾਂ ਭਰਾਵਾਂ ਨੇ ਇਸ ਮੇਲੇ ਨੂੰ ਸਫਲ ਬਣਾਉਣ ਦੇ ਲਈ ਫਿਰ ਪ੍ਰਾਰਥਿਕ ਕੀਤਾ। ਸਾਰੇ ਕਲੱਬਾਂ ਦੇ ਮੁੰਡਿਆਂ ਦਾ ਧੰਨਵਾਦ ਹੈ ਭਾਈ ਜਸਵੀਰ ਕਨੇਡਾ ਮਿੰਨਾ ਲੰਡੇ ਕਹਿੰਦਾ ਵੀ ਜੇ ਬੱਬੂ ਪਿੰਡਰ ਬੈਸਟ ਨਿਕਲਦਾ 1000 ਹੋਵੇਗਾ। ਬਹੁਤ ਬਹੁਤ ਧੰਨਵਾਦ ਆ ਵੀਰੋ। ਇਧਰਲੇ ਬੰਨੇ ਇਕਬਾਲ ਗਹਿਰਾ ਮਲ ਦੀ ਕਬੱਡੀ ਪੈ ਰਹੀ ਹੈ, ਚੰਨੋ ਜਰਮਨ ਗਗਨ ਕਨੇਡਾ ਸੁਰਜੀਤ ਜਰਮਨ ਦੇ ਵੱਲੋਂ ਦੋ ਜੱਫੇ, ਇੱਕ ਜੱਫਾ 2000 ਦਾ ਵੀਰੇ ਨੇ, ਤਿੰਨਾਂ ਦੇ ਨਹੀਂ ਲੱਗਣੇ ਨਾ ਚਾਰਾਂ ਦੇ, ਇੱਕ ਜੱਫੇ ਦੇ ਪੈਸੇ ਲੱਗਣੇ ਆ, ਲੱਗਣੇ ਵੀ ਘੱਟੋ ਘੱਟ 5000 ਰੁਪਇਆ ਭਰਾ ਬਣ ਕੇ, 5 ਲੱਗਣਾ ਇੱਕੋ ਜੱਫੇ ਦਾ, ਜਿਹਨੇ ਲਾਉਣਾ ਲਾ ਲਓ, ਬੜੀ ਮਿਹਰਬਾਨੀ ਭਰਾ ਬਣ ਕੇ। ਤੁਹਾਨੂੰ ਬੰਨੇ ਟੱਕਰ, ਆ ਟੱਕਰ ਸਿਰੇ ਦੀ ਟੱਕਰ, ਉਹ ਕਾਹਨੂੰ ਛੇੜੀ ਮੁੰਡਿਆ ਤੂੰ ਭੋਡਾ ਦੀ ਖੱਖਰ, 5000 ਤੋਂ ਬਾਈ ਘੱਟ ਰੁਪਈਆ ਨਹੀਂ ਲੱਗਣੇ। ਗਗਨ ਗਗਨ ਕਨੇਡਾ ਗਗਨ ਸਪੇਨ, ਹਾਂਜੀ ਹਲੋ ਕਬੱਡੀ ਖੇਡ ਮੈਦਾਨ ਦੇ ਵਿੱਚ ਹੈਪੀ ਨਹੀਂ ਮੇਰੇ ਵੀਰੋ, ਪਰ ਦੂਜੇ ਪਾਸੇ ਬੱਬੂ ਭਿੰਡਰਾਂ ਵਾਲਾ, ਬੱਬੂ ਭਿੰਡਰਾਂ ਵਾਲਾ ਓਏ ਮੈਚ ਬਾਰਾ ਚੋਟੀ ਦਾ ਬਰਾਬਰ, ਕਮੇਟੀ ਵਾਲੇ ਬਹਿ ਕੇ ਨਜ਼ਾਰਾ ਲੈ ਲਓ ਯਾਰ ਵੀਰ ਬਣ ਕੇ, ਬਹਿ ਕੇ ਮੁੜ ਕੇ ਮੈਂ ਉੱਠ ਕੇ ਗਰਾਊਂਡ 'ਚ ਖੜਿਆ, ਤੂੰ ਮਗਰ ਵਾਜਾਂ ਮਾਰੀ ਜਾਣੀਆਂ ਭਰਾ ਕਬੱਡੀ ਬੋਲ ਲੈਣ ਦਿਓ, ਦੁਨੀਆਂ ਨੂੰ ਮੈਚ ਦਾ ਨਜ਼ਾਰਾ ਲੈ ਲੈਣ ਦਿਓ। ਆਹ 2-1.5 ਦਾ ਕਿੰਨੇ ਬੁਲਟ ਬੈਸਟਾਂ ਨੂੰ ਵੱਡਿਆ ਮੇਰੇ ਮਿੱਤਰੋ ਓਏ ਘਾਂਗੇ ਵਾਲਿਆ, ਬਾਹਰ ਦਰਸ਼ਕਾਂ ਦੀ ਮੰਗ ਹੈ ਕੋਈ ਕਹਿੰਦਾ ਜੱਫਾ ਲਾ ਦੇ ਕੁਝ, 2-3 ਬਾਈ ਕਹਿੰਦੇ ਯਾਰ ਘਾਂਗੇ ਵਾਲੇ ਤਾਂ ਇੱਕ ਵਾਰੀ ਜਕਾਰਾ ਲਵਾ ਦੇ ਮੇਰਾ ਬਈ ਬਣ ਕੇ ਉਹਦੀ ਆਵਾਜ਼ ਵਿੱਚ। ਚਲੋ ਕੋਈ ਗੱਲ ਨੀ, ਆਪਾਂ ਮੈਚ ਤੋਂ ਬਾਅਦ ਘਾਂਗੇ ਆਏ ਗੁਰਵਿੰਦਰ ਤੋਂ ਜਕਾਰਾ ਲਵਾਵਾਂਗੇ। ਆਹ ਸਾਹਮਣੇ ਖੇਡ ਮੈਦਾਨ ਅੰਦਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ, ਪੁਆਇੰਟ ਇਸ ਵੇਲੇ ਮੇਰੇ ਵੀਰੋ ਖੇਡ ਜੋ ਕਾਲਾ ਕਨੇਡਾ ਕਬੱਡੀ ਖਿਡਾਰੀ ਕਹਿੰਦਾ ਵੀ ਫਰਿਆਦ ਦਾ ਜੱਫਾ ਇੱਕੋ ਹੀ 5000 ਦਾ, ਨਾਲ ਵੀਰ ਫੱਲੀ ਯੂਐਸ, ਪਾਲਾਬਾਈ ਯੂਐਸ ਤੇ ਸੱਤੀ ਯੂਐਸ, ਇਹਨਾਂ ਵੱਲੋਂ 5000 ਦਾ ਇੱਕੋ ਜੱਫਾ ਫਰਿਆਦ ਦਾ ਹੋਵੇਗਾ। ਫਰਿਆਦ ਲਾ ਜੱਫਾ 5000, ਉਹ 5000, ਉਹ 5000, ਹੁਣ ਨਹੀਂ ਛੱਡਦਾ, ਹੁਣ ਨਹੀਂ ਛੱਡਦਾ, ਹੁਣ ਗੱਲ ਔਖੀ ਸੁਣਦੀ, ਹੁਣ ਗੱਲ ਔਖੀ ਚੀਚੀ ਫੜੋ ਛਡਾਉਣੀ ਔਖੀ ਹੋ ਜਾਂਦੀ ਆ, ਉਹ ਤੂੰ ਤਾਂ ਕੈਂਚੀ ਪਵਾ ਲਈ ਮੇਰੇ ਮਿੱਤਰੋ, ਉਹ ਵੱਜ ਜਾਵੇ ਕੈਂਚੀ ਤਾਂ ਤਿਹਾੜ ਜੇਲ ਹੁੰਦੀ ਆ, ਬਗਾਨੇ ਪੋਤੇ ਤਾਂ ਪੇਲ ਦਿੰਦੇ ਜਿਵੇਂ ਚਗਲੇ ਤੇ ਰੋਟੀ ਵੇਲ ਹੁੰਦੀ ਆ, ਉਹ ਜੀ ਨਾਲ ਪੰਜਾਬ
ਪੰਜਾਬੀਓ, ਇਹ ਕੌਡੀ ਖੇਲ ਹੁੰਦੀ ਹੈ। ਚੋਟੀ ਦਾ ਮੈਚ ਇੱਥੇ ਪੈਸੇ ਬਣਾ ਦਿਓ ਪਲੇਅਰਾਂ ਦੇ, ਫਰਿਆਦ ਦਾ 5000 ਰੁਪਇਆ ਕੌਣ ਦਾ ਕਰ ਦਿਓ ਮੇਰੇ ਮਿੱਤਰੋ। ਮੇਜਰ ਬਰਾੜ, ਜਲੰਧਰ ਸਿੱਧੂ, ਕਰਮਪਾਲ ਲੰਡੇਗੇ, ਨਾਲ ਮੈਂ ਕਹਿੰਦੇ ਮਨਪ੍ਰੀਤ ਪੰਡੋਰੀ ਵਾਲਾ ਕੈਨੇਡਾ ਤੋਂ, ਔਰ ਦੀਪੇ ਜਲੇਰ ਦਾ ਹੈਪੀ ਬਰਾੜ ਭਰੂਰ ਦਾ ਸੱਚੇ ਤੌਰ ਤੇ ਧੰਨਵਾਦ। ਅਗਲੀ ਕਬੱਡੀ ਤੇ ਰੁਪਿੰਦਰ ਗੱਲ ਕਰਦਾ ਹੋਇਆ, ਕਰਨ ਦਿਆਲਪੁਰੇ ਵਾਲਾ ਮੇਰੇ ਵੀਰੋ, ਦਿਆਲਪੁਰੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਦਿਆਲਪੁਰੇ ਵਾਲਾ ਕਰਨ ਹਰਵਿੰਦਰ ਫਤਿਹਗੜੀਏ ਦੀ ਯਾਦ ਹੈ, ਅੱਜ ਉਸ ਨੌਜਵਾਨ ਵੀ ਯਾਦ ਕਰਦੇ ਆ, ਘਾਟੇ ਪੈ ਜਾਂਦੇ ਆ ਔਰ ਇਨਸਾਨ ਚਲੇ ਜਾਂਦੇ ਆ। ਮੈਨੂੰ ਲੱਗਦਾ ਬੱਬੂ ਦੇ ਅੰਦਰ ਫਰਿਆਦ ਹੈ, ਸੱਤ ਸੱਤ ਹੋ ਗਏ ਔਰ ਸੱਤ ਸੱਤ ਜੱਥੇ, ਸੱਤ ਸੱਤ, ਸੱਤ ਸੱਤ ਜੱਥੇ। ਰੁਪਿੰਦਰ ਬੋਲਟ ਸੋਚਾਂ ਚ ਪੈ ਗਿਆ, ਬੈਸਟ ਜਾਫੀਆਂ ਵਾਲਾ ਬੋਲਟ, ਉਹ ਬੋਲਟ ਸੋਚਾਂ ਚ ਪਾਦਾ ਜੱਫੀਆਂ ਨੇ, ਆ ਜੱਫਿਆਂ ਨੇ ਬੁੱਢੇ ਵਾਲੀ ਅੰਦਰਾਂ ਦੱਸਾਈ ਬੜੀ। ਗਗਨ, ਗਗਨ ਸਪੇਨ ਲੱਗੇ ਚੜ੍ਹਦੀ ਕਲਾ ਤੇ ਗੁਰਪਾਲ ਸਪੇਨ ਆ ਜੱਫੇ ਦਾ, ਉਧਰ ਗੁਰਵਿੰਦਰ ਕਾਗੇਵਾਲ ਦਾ ਇੱਕੋ ਜੱਫੇ ਦਾ 5000, ਬਾਈ ਚੰਨੋ ਜਰਮਨ ਗਗਨ ਕਨੇਡਾ ਤੇ ਸੁਰਜੀਤ ਜਰਮਨ ਇੱਕੋ ਜੱਫਾ ਗੁਰਵਿੰਦਰ ਕਾ, ਉਹ ਬੱਬੂ ਪਿੰਡਰ ਉਹ ਉੱਥੇ ਬੈਸਟਾਂ ਦੀ ਰੇਸ ਵਿੱਚ, ਉਹ ਬੈਸਟਾਂ ਦੀ ਰੇਸ ਵਿੱਚ, ਬੈਸਟਾਂ ਦੀ ਰੇਸ ਵਿੱਚ, ਉਹ ਕਰਜਾਲਾ, ਉਹ ਕਰਜਾਲਾ ਕਰ ਗਿਆ ਬਾਈ ਬੁੱਢੇ ਬਾਈ ਜੱਫਾ ਕਹਿੰਦਾ ਨਾ ਤਾਂ ਮੁੰਡਾ ਮਿੰਨ ਕੇ ਰੱਖ ਦਿੱਤਾ ਨੌਜਵਾਨ ਨੇ, ਵਾਹ ਗੱਭਰੂ ਹੈ ਇਹ ਬੱਬੂ ਪਿੰਡਾਂ ਵਾਲਾ, ਉਹ ਆਇਆ ਮਾੜਾ ਮੋਟਾ ਸਵਾਦ ਜਾਣਗੇ। ਬਹੁਤ ਬਹੁਤ ਧੰਨਵਾਦ। ਅਗਲੀ ਰੇਡ ਕਹਿੰਦੇ ਮਿਹਨਤ ਵਾਲੀ ਹੈ, ਜੋਤਾਂ ਦੀ ਧਾਰੀ ਹੈ, ਆਹ ਥੱਬੇ ਥੱਬੇ ਦੇ ਪੱਟਾਂ ਵਾਲਾ, ਆਹ ਦੁਨੀਆ ਦਾ ਵੱਡਾ ਮੱਲ, ਉਹ ਨਾਟ ਗਿਆਰਾਂ, ਉਹ ਨਾਟ ਗਿਆਰਾਂ, ਉਹ ਨਾਟ ਗਿਆਰਾਂ, ਉਹ ਲੱਗੂ ਤੇ ਆਜੂ ਸਵਾਦ, ਉਹ ਗੁਰਵਿੰਦਰਾ ਲੱਗ ਮੇਰੇ ਮਿੱਤਰੋ, ਬੱਲੇ 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 ਬੱਲੇ, ਉਹ ਪਿੰਡਰਾਂ ਵਾਲਾ ਬੱਬੂ 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 ਬੱਬੂ, ਔਰ ਜੋਤਾ ਤਕੜਾ ਨੰਬਰ, ਸਿਰੇ ਦੀ ਟੱਕਰ ਹੈ, ਲੋਕ ਸਵਾਦ ਲੈ ਗਏ ਲੰਡੇਕਿਆਂ ਦੇ ਵਿੱਚ ਮੇਰੇ ਵੀਰੋ। ਲਓ ਜੀ ਉਧਰ ਕਹਿੰਦੇ ਫਰਿਆਦ ਤੇ ਜਮੇਲਾ 5000 ਫੱਲੀ ਜੂਸ, 36 ਜੂਸ, 52 ਜੂਸ ਤੇ ਕਾਲਾ ਕਨੇਡਾ ਤਰਵੀਰ ਆ ਸਾਡਾ ਗਗਨ ਲੰਡੇਕੇ, ਆਮ ਪਾਰਟੀ ਦੇ ਪ੍ਰਧਾਨ ਉਹਨਾਂ ਵੱਲੋਂ 500 ਹੋਵੇਗਾ। ਬਹੁਤ ਬਹੁਤ ਧੰਨਵਾਦ ਵੀਰੋ। ਉਧਰ ਚੰਨੋ ਜਰਮਨ ਗਗਨ ਕਨੇਡਾ ਸੁਰਜੀਤ ਜਰਮਨ ਉਹਨਾਂ ਵੱਲੋਂ 5000 ਫਰਿਆਦ ਦੇ ਜੱਫੇ ਦਾ ਮੇਰੇ ਵੀਰੋ। ਆਹ ਵੱਡਾ ਮਨ 10000 ਰੁਪਇਆ ਫਰਿਆਦ, ਇੱਕ ਬੁਲਟ ਸ਼ਕਰਪੁਰ ਨੂੰ, ਉਹ 10000 ਕੱਢ ਲੋ, 10000 ਕੱਢ ਲੋ, ਉਹ ਰੁਪਿੰਦਰ ਇੱਧਰ ਵੇਖ, ਫਰਿਆਦ ਉਹ ਲੰਡੇ ਕਿਆ ਕੀ ਹਾਲ ਚਾਲ, ਉਹ ਕਹਿੰਦਾ ਇੱਕ ਵੱਡੀ ਦਾ ਖਿਆਲ ਆ, ਇੱਕ ਇੱਕ ਰੇਡ ਆ ਤੇ ਬੱਬੂ ਤੇ ਫਰਿਆਦ ਦੇ ਜੱਫੇ। ਇੱਕ ਮਿੰਟ ਰੋਕ ਲਈ ਰੁਪਿੰਦਰ, ਹੈਪੀ ਹੈਪੀ ਨੰਬਰ ਹੋ ਗਿਆ ਯਾਰ, ਆਓ ਭਾਈ
ਰੁਕ ਜਾਓ ਇੱਕ ਮਿੰਟ, ਉਹਨਾਂ ਨੂੰ ਪੈਸੇ ਲਾ ਲੈਣ ਦੇ। ਆ ਜਿਹੜੇ ਮੇਰੇ ਕੋਲ ਕਹਿੰਦੇ ਲਾਓ ਵੀਰੇ, ਹਾਂਜੀ ਘੱਟੋ ਘੱਟ 10,000 ਨਹੀਂ 10 ਤੋਂ ਬਾਅਦ ਕਰ ਲਓ। ਹਾਂ ਛੇਤੀ ਪਵਾ ਲਓ ਦਮਣਾ ਦੇ ਵੀ ਕਿੰਨੇ। ਹਾਂ ਘੱਟੋ ਘੱਟ ਪਹਿਲੀ ਰੇਡ 11,000 ਦੀ, ਥੱਲੀ ਯੂਐਸ 37 ਯੂਐਸ, ਪਾਲਾ ਯੂਐਸ ਤੇ ਕਾਲਾ ਕਨੇਡਾ। ਹਾਂ ਜੱਫਾ ਜਾ ਅਗਲੇ ਅਗਲੇ ਤੁਹਾਡੇ ਲਾਵਾਂਗੇ, ਰੁਕ ਜਾ। ਹਾਂ ਰੇਡ ਦੇ ਉੱਪਰ 11,000 ਜੇ ਜਾਫੀ ਨੇ ਲਾਉਣਾ, ਜੱਫਾ ਜਾਫੀ ਨੇ ਜੇ ਰੇਡਰ ਭੱਜ ਗਿਆ ਰੁਪਿੰਦਰ ਰੇਡਰ ਦੇ। ਹਾਂ ਕਬੱਡੀ 11,000 ਦੀ ਪੈਣ ਲੱਗੀ ਆ, 11,000 ਦੀ ਰੇਡ ਪੈਣੀ ਆ ਮੇਰੇ ਵੀਰੋ। ਕਿਹਦੀ ਪੈਣੀ ਆ ਮੈਨੂੰ ਲੱਗਦਾ, ਵਾਰਮ ਅਪ ਤੇ ਮਿਹਨਤ ਵਾਲੀ ਆ, ਜੋਤਾ ਹੋ ਰਿਹਾ ਜੋਤੇ ਦੀ ਰੇਡ 11,000 ਦੀ ਹੋ ਰਿਹਾ ਮੇਰੇ ਵੀਰੋ। ਇਹਨਾਂ ਰੇਡਾਂ ਦੇ ਚਾਫੀਆਂ ਨੇ ਬੈਸ ਨਿਕਲਣਾ, ਇਹਨਾਂ ਰੇਡਾਂ ਦੇ ਚਾਫੀਆਂ ਨੇ ਬੈਸ ਨਿਕਲਣਾ। ਬਣੇ ਗੱਲ ਕਨੇਡਾ ਅਗਲੀ ਅਗਲੀ ਰੇਡ ਤੋਂ ਲਾਉਂਦੇ ਆ ਵੀਰੇ, ਰੁਕ ਜਾ ਜਿਹੜਾ ਰੇਡਾਂ ਦਾ ਸੁਰਜੀਤ ਜਰਮਨ ਉਹਨਾਂ ਵੱਲੋਂ 15,000 ਦੀ ਆ ਰੇਡ ਕਰੀ ਗੱਲ ਲਾ, 15,000 ਦੀ ਰੇਡ ਮੇਰੇ ਵੀਰੋ। ਗਰਪਾਲ ਸਿੱਧੂ ਵੱਲੋਂ, ਮੇਜਰ ਬਰਾੜ ਵੱਲੋਂ, ਸ਼ਕਤੀ ਹੋਣਾ ਵੱਲੋਂ, ਗੁਰਵੀਰ ਸਿੱਧੂ ਹੋਣਾ ਵੱਲੋਂ, ਰਾਜਪਾਲ ਸਿੱਧੂ ਹੋਣਾ ਵੱਲੋਂ, ਸਾਰੀ ਕਲੱਬ ਵੱਲੋਂ, ਸਾਰੇ ਨਗਰਾਂ, ਸਾਰੇ ਇਲਾਕੇ ਦਾ ਬਹੁਤ ਬਹੁਤ ਧੰਨਵਾਦ। ਵੱਡੇ ਮਸੀਹ ਹੋਣਾ ਵੱਲੋਂ, ਪ੍ਰਧਾਨ ਹੋਣਾ ਵੱਲੋਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਮਨ ਬਰਾੜ ਮਿਹਰਬਾਨੀ। ਹਾਂ 15,000 ਚੰਨੋ ਚੰਨੋ ਜਰਮਨ ਤੇ ਗਗਨ ਕਨੇਡਾ ਸੁਰਜੀਤ ਜਰਮਨ 15,000 ਰੁਪਇਆ ਲੈ ਲਓ ਵੀਰੇ ਲਾਸਟ ਓਵਰ ਦਾ। ਤੇ ਉੱਧਰ ਫਰੀਏ ਵੀਰੇ ਨੰਬਰ ਨੇ 31, ਡੱਗੋ ਰਮਾਣਾ ਦੇ ਨੰਬਰ ਨੇ 37, ਫਸਟ ਡੱਗੋ ਰਮਾਣਾ ਰਾਂਝਾ ਕਬੱਡੀ ਕਲੱਬ ਤੇ ਸੈਕਿੰਡ ਡੀ ਏ ਵੀ ਕਾਲਜ ਜਲੰਧਰ। ਵੀਰੋ ਵੀਰੇ ਜਗਰਨਾਥ ਕੋਲ ਲੈ ਲੈ ਜਾਂਦੀ ਆ ਵੀਰੋ, ਉਹ ਵੀਰੋ ਪਲੀਜ਼ ਮੇਰੀ ਬੇਨਤੀ ਹੈ। ਹਾਂਜੀ ਬੈਸਟ ਰੇਡਰ ਨੇ ਅਭੀ ਵੀ ਰਸੀਏ ਬੰਦੇ ਰਾਜੇ, ਆ 15,000 ਵੀ ਪਹੁੰਚ ਗਿਆ ਤੇ 11,000 ਵੀ ਪਹੁੰਚ ਗਿਆ ਵੀਰੇ ਰੇਡਰਾਂ ਦਾ, ਆ 15,000 ਵੀ ਥੱਲੇ ਪਹੁੰਚ ਗਿਆ ਤੇ 11,000। ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਖੜ ਜਾ ਰਿਹਾ ਕੋਟ ਭਾਈਆਂ ਨੇ, ਹੈਪੀ ਨੇ 14 ਪਾ ਕੇ 9 ਨੰਬਰ ਲਏ ਹੈ, ਗਿਆਰਾਂ ਵਾਲੇ ਪਵਾਲ ਨੇ 10 ਪਾ ਕੇ 9 ਨੰਬਰ ਲਏ ਹੈ। ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਇਕਬਾਲ ਗਿਆ ਮੇਰੇ ਵੀਰੋ, ਬੁਲਟ ਜਿੱਤ ਗਿਆ। ਮੇਜਰ ਬਰਾੜ ਤੇ ਕਰਮਪਾਲ ਸਿੱਧੂ ਨੇ ਕਹਿੰਦੇ ਅੱਜ ਸਪੌਂਸਰ ਕੀਤੇ ਆ ਬੁਲਟ ਮੇਰੇ ਵੀਰੋ। ਫਰਿਆਦ ਦੇ ਟੱਚ ਕਿੰਨੇ ਆ, 19 ਟੱਚ ਤੇ ਜੱਫੇ 8, 1, 2, 3, 4, 5, 6, 7, 8। ਉਧਰੋਂ 365 ਕਬੱਡੀ ਬੈਡਮਿੰਟਨ ਦੇ ਸਟਾਰ ਗਿਆਨੀ ਕਰਨੈਲ ਸਿੰਘ ਜੀ ਗੱਬਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ। ਫਿਰ ਤੋਂ ਧੰਨਵਾਦ ਕਰੀਏ ਮਨਪ੍ਰੀਤ ਬੰਡੋਰੀ ਕਨੇਡਾ, ਕਰਮਪਾਲ ਸਿੰਘ ਲੰਡੇ ਕੇ। ਹੈਲੋ ਹੈਲੋ, ਹਾਂਜੀ ਭਾਈ ਜੀ ਅੱਧਾ ਮਿੰਟ ਹੀ ਦਿਓ। ਬੱਬੂ ਭਿੰਡਰ ਦੇ 20 ਟੱਚ 8 ਜੱਫੇ, ਰੁਕਿਓ ਫਰਿਆਦ ਅਲੀ ਦੇ 19 ਟੱਚ 8 ਜੱਫੇ, ਫਰਿਆਦ ਅਲੀ ਦੇ ਮੇਲੇ ਦਾ।
ਹਥਿਆਰ ਲੈ ਗਿਆ।